ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਬਾਰ ਗੱਲ ਕਰਦੇ ਹਾਂ ਪੰਜਾਬ ਤੇ ਭਾਰਤ ਦੀਆਂ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਦੇਖਦੇ ਵਿੱਚ ਮਾਈਕਰੋਚਿਪ ਵਾਲੇ ਈ ਪਾਸਪੋਰਟ ਜਲਦ ਹੋਣਗੇ ਜਾਰੀ ਜਾਣੋ ਇਹਦੀਆਂ ਵਿਸ਼ੇਸ਼ਤਾਵਾਂ ਜੀ ਹਾਂ ਦੋਸਤੋ ਜੇਕਰ ਤੁਸੀਂ ਵਦੇਸ਼ ਯਾਤਰਾ ਤੇ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ ਭਾਰਤੀ ਨਾਗਰਿਕਾਂ ਦੇ ਲਈ ਜਲਦ ਹੀ ਅਗਲੀ ਪੀੜੀ ਦਾ ਈ ਪਾਸਪੋਰਟ ਸ਼ੁਰੂ ਕੀਤਾ ਜਾ ਸਕਦਾ ਹੈ ਐਸ ਵਿੱਚ ਵਿਦੇਸ਼ ਮੰਤਰਾਲੇ ਦੇ ਸਖਤਰ ਸੰਜੀਵ ਪਟਾਚਾਰੀ ਨੇ ਇਕੱਠੀ ਵਿੱਚ ਐਲਾਨ ਕੀਤਾ ਕਿ ਜਲਦ ਹੀ ਭਾਰਤੀ ਨਾਗਰਿਕਾਂ ਦੇ ਲਈ ਈ ਪਾਸਪੋਰਟ ਜਾਰੀ ਕੀਤੇ ਜਾਣਗੇ ਜਿਸ ਵਿੱਚ ਪਾਸਪੋਰਟ ਧਾਰਕ ਦਾ ਸੁਰੱਖਿਅਤ ਬਾਇਓਮੈਟ੍ਰਿਕ ਡਾਟਾ ਸਟੋਰ ਕੀਤਾ ਜਾਵੇਗਾ ਇਹ ਫੈਸਲਾ ਜਾਲੀ ਪਾਸਪੋਰਟ ਦੇ ਕਾਰੋਬਾਰ ਨੂੰ ਰੋਕਣ ਅਤੇ ਯਾਤਰੀਆਂ ਦੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਲਈ ਲਿਆ ਗਿਆ ਹੈ ਖਾਸ ਗੱਲ ਇਹ ਹੈ ਕਿ ਈ ਪਾਸਪੋਰਟ ਦੇ ਕਾਰਨ ਦੁਨੀਆ ਭਰ ਦੇ ਵਿੱਚ ਭਾਰਤੀ ਯਾਤਰੀਆਂ ਦੇ ਲਈ ਇਮੀਗ੍ਰੇਸ਼ਨ ਆਸਾਨ ਹੋ ਜਾਵੇਗਾ ਤੇ ਇਸ ਪੂਰੇ ਮਾਮਲੇ ਤੇ ਵਿਦੇਸ਼ ਮੰਤਰਾਲੇ ਨੇ ਸੰਸਦ ਵਿੱਚ ਕਿਹਾ ਹੈ ਕਿ ਨਾਗਰਿਕਾਂ ਨੂੰ ਐਡਵਾਂਸ ਸੁਰੱਖਿਆ ਫੀਚਰ ਵਾਲੇ ਚਿਪ ਸਮਰੱਥ ਈ-ਪਾਸਪੋਰਟ ਜਾਰੀ ਕਰਨ ਦੀ ਯੋਜਨਾ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ 7 ਦਿਨਾਂ ਦੇ ਲਈ ਕੁਆਰੰਟਾਈਨ ਹੋਣਾ ਲਾਜ਼ਮੀ ਸਰਕਾਰ ਦੇ ਦੇ ਵਿੱਚ ਕੋਵਿਡ-19 ਦੇ ਮਾਮਲੇ ਵਿੱਚ ਵਾਧੇ ਦੇ ਵਿਚਕਾਰ ਸਰਕਾਰ ਨੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਹਦੇ ਅਨੁਸਾਰ ਹੁਣ ਤੋਂ ਸਾਰੇ ਆਉਣ ਅਤੇ ਜਾਣ ਵਾਲੇ ਯਾਤਰੀਆਂ ਨੂੰ ਅੰਤਰਰਾਸ਼ਟਰੀ ਯਾਤਰੀਆਂ ਨੂੰ 7 ਦਿਨਾਂ ਦੇ ਲਈ ਹੋਮ ਕੁਆਰੰਟਾਈਨ ਤੋਂ ਗੁਜ਼ਰਨਾ ਹੋਵੇਗਾ ਤੇ ਇਸ ਤੋਂ ਬਾਅਦ 8ਵੇਂ ਦਿਨ ਆਰਟੀ ਪੀਸੀਆਰ ਟੈਸਟ ਕੀਤਾ ਜਾਵੇਗਾ ਨਵੇਂ ਸਰਕਾਰੀ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਨਵੇਂ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ 11 ਜਨਵਰੀ 2022 ਤੋਂ ਅਗਲੇ ਹੁਕਮਾਂ ਤੱਕ ਵੈਧ ਰਹੇਗੀ ਅਸ ਤੋਂ ਬਾਅਦ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਮੌਹਲੇ ਧਾਰਮੀ ਅਤੇ ਭਾਰੀ ਗੜੇਮਾਰੀ ਜਾਣੋ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਹਾਲ ਪੰਜਾਬ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਲਗਾਤਾਰ ਮੌਹਲੇ ਧਾਰਮੀ ਪੈ ਰਿਆ ਤੇ ਆਉਣ ਵਾਲੇ 2 ਦਿਨਾਂ ਦੇ ਦੌਰਾਨ ਮੀਂਹ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ ਹੁਸ਼ਿਆਰਪੁਰ ਦੇ ਕੁਝ ਪਿੰਡਾਂ ਵਿੱਚ ਗੜੇਮਾਰੀ ਵੀ ਹੋਈ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ ਵਿੱਚ ਠੀਤ ਲਹਿਰ ਜਾਰੀ ਰਹਿਣ ਅਤੇ ਭਾਰੀ ਮੀਂਹ ਦੀ ਸੂਚਨਾ ਦਿੱਤੀ ਗਿਆ ਤੇ ਅੱਜ ਸਵੇਰੇ ਭਾਰੀ ਮੀਂਹ ਪੈਣ ਦੇ ਕਾਰਨ ਵਿਜ਼ਿਬਿਲਟੀ ਵੀ ਘਟ ਰਹੀ ਹੈ ਤੇ ਧੁੰਦ ਵਰਗੇ ਹਾਲਾਤ ਬਣੇ ਰਹੇ। ਉਸ ਤੋਂ ਬਾਅਦ ਵੱਡੀ ਖਬਰ ਵੱਲ ਰੁਕ ਕਰਦੇ ਹਾਂ ਪੀਐਮ ਦੀ ਸੁਰੱਖਿਆ ਦੇ ਵਿੱਚ ਕੁਤਾਹੀ। ਕੇਂਦਰੀ ਜਾਂਚ ਕਮੇਟੀ ਨੇ 13 ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ 150 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ। ਜੀ ਹਾਂ ਦੋਸਤੋ 5 ਜਨਵਰੀ ਨੂੰ ਪਿੰਡ ਪਿਆਰੇਆਣਾ ਵਿੱਚ ਹਾਈਵੇ ਜਾਮ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਕਾਫੜੇ ਨੂੰ ਰੋਕਣ ਵਾਲੇ 150 ਅਣਪਛਾਤੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਥਾਣਾ ਕੋਲਗੜੀ ਦੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸੂਚਨਾ ਦਾ ਤੇ ਅਨੁਸਾਰ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਦੇ ਨਾਂ ਪਤਾ ਹਨ ਤੇ ਲੋੜ ਪੈਣ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਫਿਰ ਹਾਲ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਕੇਂਦਰੀ ਵਿੱਤ ਮੰਤਰਾਲੇ ਨੇ 17 ਰਾਜਾਂ ਨੂੰ ਜਾਰੀ ਕੀਤੇ 9871 ਕਰੋੜ ਦੀ ਗ੍ਰਾਂਟ ਜਾਨੋ ਕਿੰਨੇ ਮਿਲੇ ਪੰਜਾਬ ਨੂੰ ਜੀ ਹਾਂ ਦੋਸਤੋ ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਮਾਸਿਕ ਪੋਸਟ ਡਿਪੋਪੂਲੇਸ਼ਨ ਰੈਵਨਿਊ ਡਿਫੈਸਟ ਤਹਿਤ ਗ੍ਰਾਂਟ ਜਾਰੀ ਕੀਤੀ ਅਤੇ ਕੇਂਦਰ ਦੇ ਵਿੱਤ ਵਿਭਾਗ ਨੇ 17 ਰਾਜਾਂ ਨੂੰ 9871 ਕਰੋੜ ਰੁਪਏ ਦੇ ਰਾਜਾਂ ਨੂੰ ਜਾਰੀ ਕੀਤੀ ਗਈ PDRD ਗ੍ਰਾਂਟ ਦੀ 10ਵੀਂ ਕਿਸ਼ਤ ਸੀ ਤੇ ਹੁਣ ਤੱਕ ਚਾਲੂ ਵਿੱਤੀ ਸਾਲ ਵਿੱਚ 98710 ਕਰੋੜ ਰੁਪਏ ਯੋਗ ਰਾਜਾਂ ਨੂੰ ਪੋਸਟ ਡਿਵਿਸ਼ਨ ਰੈਵਨਿਊ ਡੈਫਿਸਟ ਗ੍ਰਾਂਟ ਵਜੋਂ ਜਾਰੀ ਕੀਤੇ ਗਏ ਹਨ ਤੇ ਇਸ ਮਹੀਨੇ ਜਾਰੀ ਕੀਤੀ ਗ੍ਰਾਂਟ ਦੇ ਰਾਜ ਬੀਰਬੇ ਅਤੇ 2021-22 ਵਿੱਚ ਰਾਜਾਂ ਨੂੰ ਜਾਰੀ ਕੀਤੀ ਗਈ ਪੋਸਟ ਡਬਲੀਅੂ ਐਸ਼ਨ ਰੈਵਨਿਊ ਡੈਫਿਸਟ ਗ੍ਰਾਂਟ ਦੀ કુલ ਰਕਮ ਸ਼ਾਮਲ ਕੀਤੀ ਗਈ ਹੈ। ਸੰਵਿਧਾਨ ਦੇ ਅਨੁਛੇਦ 275 ਦੇ ਤਹਿਤ ਰਾਜਾਂ ਨੂੰ ਪੋਸਟ ਡਬਲੀਅੂ ਐਸ਼ਨ ਰੈਵਨਿਊ ਡੈਫਿਸਟ ਗ੍ਰਾਂਟ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤੇ ਵੰਡ ਤੋਂ ਬਾਅਦ ਰਾਜਾਂ ਦੀਆਂ ਮਾਲੀਆ ਖਾਤਿਆਂ ਦੇ ਵਿੱਚ ਪਾੜੇ ਨੂੰ ਪੂਰਾ ਕਰਨ ਦੇ ਲਈ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਰਾਜਾਂ ਨੂੰ ਗ੍ਰਾਂਟਾ ਜਾਰੀ ਕੀਤੀਆਂ ਜਾਂਦੀਆਂ ਹਨ। ਕਮਿਸ਼ਨ ਨੇ 17 ਰਾਜਾਂ ਨੂੰ ਪੀ ਡੀ ਆਰ ਡੀ ਗ੍ਰਾਂਟਾਂ ਦੀ ਸਿਫਾਰਸ਼ ਕੀਤੀ ਹੈ ਤੇ ਇਹ ਮਹੀਨੇ ਕਿਸ਼ਤਾਂ ਵਿੱਚ ਜਾਰੀ ਕੀਤੀ ਜਾ ਰਹੀ ਹੈ ਇਹ ਗ੍ਰਾਂਟ ਪ੍ਰਾਪਤ ਅਨੁਸਾਰ ਕਈ ਰਾਜਾਂ ਦੀ ਯੋਗਤਾ ਅਤੇ ਅਨੁਦਾਨ ਦੀ ਮਾਤਰਾ ਦਾ ਫੈਸਲਾ ਕਮਿਸ਼ਨ ਦੁਆਰਾ ਵਿੱਤੀ ਸਾਲ 2021-22 ਦੇ ਲਈ ਮੁਲਾਂਕਣ ਕੀਤੇ ਗਏ ਵੰਡ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਰਾਜ ਦੇ مالی ਅਤੇ ਖਰਚੇ ਦੇ ਮੁਲਾਂਕਣ ਦੇ ਵਿਚਕਾਰ ਪਾੜੇ ਦੇ ਆਧਾਰ ਤੇ ਕੀਤਾ ਗਿਆ ਹੈ ਤੇ 15ਵੇਂ ਵੱਤਕ ਕਮਿਸ਼ਨ ਦੇ ਕੋਲ ਪੋਸਟਰ ਡਬਿਊਸ਼ਨਰ ਰੈਵਨਿਊ ਡੈਫਿਸਟ ਗ੍ਰਾਂਟ ਦੀ ਸਪਾਰਸ਼ ਕੀਤੀ ਗਿਆ ਵਿੱਤੀ ਸਾਲ 2021-22 ਦੇ ਚ 17 ਰਾਜਾਂ ਨੂੰ 118452 ਕਰੋੜ ਰੁਪਏ ਤੇ ਇਸ ਵਿੱਚੋਂ ਰੁਪਏ ਦੀ ਰਕਮ ਤੇ ਹੁਣ ਤੱਕ 98710 ਕਰੋੜ ਜਾਰੀ ਕੀਤੇ ਗਏ ਹਨ ਤੇ 15ਵੇਂ ਕਮਿਸ਼ਨ ਰਾਹੀਂ ਇਹਨਾਂ ਰਾਜਾਂ ਨੂੰ ਵਿਕਾਸ ਤੋਂ ਬਾਅਦ ਮਾਲੀਆ ਘਾਟੇ ਦੇ ਗ੍ਰਾਂਟ ਦੇ ਸਪਰਸ਼ ਕੀਤੀ ਗਿਆ ਉਹਨਾਂ ਵਿੱਚ ਆਂਧਰਾ ਪ੍ਰਦੇਸ਼, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲਾ, ਮਨੀਪੁਰ, ਮਿਗਾਲਿਆ, ਮਿਜ਼ੁਰਮ, ਨਾਗਾਲੈਂਡ, ਪੰਜਾਬ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤਿਰਪੁਰਾ, ਉੱਤਰਾਖੰਡ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਐਸ ਸੂਬੇ ਦੇ ਵਿੱਚ ਲੱਗ ਸਕਦਾ ਹੈ ਸਾਲ 2022 ਦਾ ਪਹਿਲਾ ਲਾਕਡਾਊਨ ਨੂੰ ਜਾਣੋ ਤਾਜ਼ਾ ਬਿਆਨ ਜੀ ਹਾਂ ਦੋਸਤੋ ਦੇਖਦੇ ਵਿੱਚ ਕਰੋਨਾ ਦੇ ਮਰੀਜ਼ ਇੱਕ ਵਾਰ ਫਿਰ ਵਧਣ ਲੱਗੇ ਹਨ ਤਹਿਤ ਦੇ ਨਾਲ ਹੀ ਪਾਬੰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਖ਼ਾਦਸਾ ਪ੍ਰਗਟਾਇਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਲੋਕਡਾਊਨ ਲੱਗ ਸਕਦਾ ਹੈ ਜਾਨੀ ਸਾਲ 2022 ਦੀ ਸ਼ੁਰੂਆਤ ਹੀ ਲੋਕਡਾਊਨ ਹੋ ਸਕਦੀ ਹੈ ਮਹਾਰਾਸ਼ਟਰ ਅਤੇ ਦਿੱਲੀ ਦੇ ਦੋ ਅਜਿਹੇ ਸੂਬੇ ਹਨ ਜਿੱਥੇ ਤੇਜ਼ੀ ਦੇ ਨਾਲ ਕਰੋਨਾ ਦੇ ਮਰੀਜ਼ ਵਧ ਰਹੇ ਹਨ ਇਸ ਤੋਂ ਇਲਾਵਾ ਮਧ ਪ੍ਰਦੇਸ਼ ਗੁਜਰਾਤ ਹਰਿਆਣਾ ਕੇਰਲਾ ਕਰਨਾਟਕ ਆਂਧਰਾ ਪ੍ਰਦੇਸ਼ ਤਾਮਿਲਨਾਡੂ ਉਹਨਾਂ ਸੂਬਿਆਂ ਨੇ ਲਿਸਟ ਵਿੱਚ ਹਨ ਜਿੱਥੇ ਖਤਰਾ ਤੇਜ਼ੀ ਨਾਲ ਵਧ ਰਿਹਾ ਤੇ ਇਹਨਾਂ ਸੂਬਿਆਂ ਵਿੱਚ ਲੋਕਾਂ ਦੇ ਮਨ ਵਿੱਚ ਇੱਕੋ ਸਵਾਲ ਹੈ ਕਿ ਕੀ ਇੱਕ ਵਾਰ ਫਿਰ ਲੋਕਡਾਊਨ ਲੱਗ ਸਕਦਾ ਹੈ ਤੇ ਲੋਕਾਂ ਨੂੰ ਘਰਾਂ ਦੇ ਅੰਦਰ ਬੜਨਾ ਪੈ ਸਕਦਾ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਸੀਐਮ ਜੋਗੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਵੀਰਵਾਰ ਨੂੰ ਕਿਸਾਨਾਂ ਨੂੰ ਬਿਜਲੀ ਦੇ ਬਿੱਲਾਂ ਵਿੱਚ 50% ਦੀ ਕਟੌਤੀ ਕਰਨ ਦਾ ਤੋਹਫ਼ਾ ਦਿੱਤਾ ਸਰਕਾਰ ਦਾ ਦਾਵਾ ਹੈ ਕਿ ਰਾਜ ਦੇ 13 ਲੱਖ ਕਿਸਾਨਾਂ ਨੂੰ ਗ੍ਰਾਂਟ ਦੇ ਰੂਪ ਵਿੱਚ ਇਹਦਾ ਲਾਭ ਮਿਲੇਗਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਪੀਐਨਬੀ ਨੇ ਕਟੀਆਂ ਨੌਕਰੀਆਂ ਆਖਰੀ ਤਰੀਕ 10 ਜਨਵਰੀ ਛੇਤੀ ਘਰੋਬੇ ਨੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਅਫਸਰ ਬਣ ਦਾ ਸੁਪਨਾ ਵੇਖਣਾ ਨੌਜਵਾਨਾਂ ਦੇ ਲਈ ਚੰਗਾ ਮੌਕਾ ਹੈ ਐਸ ਪੀ ਐਨ ਬੀ ਰਿਕੁਆਇਰਮੈਂਟ 222 ਦੇ ਲਈ ਚੀਫ ਰਿਸਕ ਅਫਸਰ ਅਤੇ ਹੋਰ ਅਹੁਦਿਆਂ ਦੇ ਭਾਰਤੀ ਦੇ ਲਈ ਅਰਜੀ ਦੇਣ ਵਿੱਚ ਸਿਰਫ 3 ਦਿਨ ਬਚੇ ਹਨ ਤੇ ਯੋਗ ਉਮੀਦਵਾਰ ਜਿਨ੍ਹਾਂ ਨੇ ਇਹਨਾਂ ਸ਼ਰਤਾਂਾਂ ਦੇ ਲਈ ਬਿਨੇ ਨਹੀਂ ਕੀਤਾ ਤੇ ਉਹ ਬੈਂਕ ਦੀ ਅਧਿਕਾਰਤ ਵੈਬਸਾਈਟ pnbindia.in ਤੇ ਅਪਲਾਈ ਕਰ ਸਕਦੇ ਹਨ ਅਸ ਤੋਂ ਬਾਅਦ ਅਗਲੀ ਵੱਡੀ ਖਬਰ ਸਕੂਲਾਂ 50 ਫੀਸਦੀ ਗਿਣਤੀ ਦੇ ਨਾਲ ਖੋਲਣ ਦੀ ਕੀਤੀ ਮੰਗ ਜੀ ਹਾਂ ਦੋਸਤੋ ਇਲਾਕੇ ਦੇਆਂ ਸਮੂਹ ਸਕੂਲ ਜੂਨੀਅਨ ਦੀ ਮੀਟਿੰਗ ਗੁਰਦੁਆਰਾ ਨਾਨਕਸਰ ਚੀਮਾ ਵਿਖੋਈ ਅਤੇ ਇਸ ਮੀਟਿੰਗ ਦੇ ਵਿੱਚ ਲਹਿਰਾ ਮੂਨਕ ਚੀਮਾ ਤੇ ਬਰੇਟਾ ਦੇ ਸਕੂਲ ਬੈਨ ਯੂਨੀਅਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਮੀਟਿੰਗ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ 50 ਫੀਸਦੀ ਕੋਵਿਡ ਦੀ ਹਦਾਇਤਾਂ ਦੇ ਨਾਲ ਖੋਲੇ ਜਾਣ ਕਿਉਂਕਿ ਬੈਨ ਮਾਲਕ ਪਹਿਲਾਂ ਹੀ ਬਹੁਤ ਘਾਟੇ ਵਿੱਚ ਜਾ ਚੁੱਕੇ ਹਨ ਉਸ ਤੋਂ ਬਾਅਦ ਵੱਡੀ ਖਬਰ ਦਾ ਰਕਰਦਿਆ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ ਖਰੀਦਣ ਦਾ ਮੌਕਾ ਜਾਣੋ ਤਾਜ਼ਾ ਪਾ ਸੋਨੇ ਤੇ ਚਾਂਦੀਆਂ ਕੀਮਤਾਂ ਵਿੱਚ ਭਾਰੀ ਗਰਾਵਟ ਦੇਖਣ ਨੂੰ ਮਿਲੀ ਸੀ ਤੇ ਪਰ ਅੱਜ ਮਲਟੀ ਕਮੋਡਿਟੀ ਐਕਸਚੇਂਜ ਤੇ ਦਸੰਬਰ ਵਿੱਚ ਡਿਲੀਵਰੀ ਦੇ ਲਈ ਸੋਨੇ ਦੀ ਕੀਮਤ ਵਿੱਚ 0.0 ਫੀਸਦੀ 0.06 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਤੇ ਇਹਦੇ ਨਾਲ ਹੀ ਅੱਜ ਤਹਨੇ ਕੀਮਤਾਂ ਵਿੱਚ 0.04 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਪਿਛਲੇ ਸਾਲ ਦੀ ਇਸੇ ਮਹੀਨੇ ਵਿੱਚ MCX ਤੇ 10 ਗ੍ਰਾਮ ਸੋਨੇ ਦੀ ਕੀਮਤ 56200 ਦੇ ਉੱਚ ਪੱਧਰ ਤੇ ਪਹੁੰਚ ਗਈ ਸੀ ਅੱਜ ਦਸੰਬਰ ਫਿਊਚਰ MCX ਤੇ ਸੋਨਾ 47800 47481 ਰੁਪਏ ਪ੍ਰਤੀ 10 ਗ੍ਰਾਮ ਦੇ ਪਦਰਤ ਤੇ ਜਾਨੀ ਕਿ ਇਹ ਹਜੇ ਵੀ ਲਗਭਗ 8719 ਰੁਪਏ ਸਸਤਾ ਹੋ ਰਿਹਾ ਹੈ ਉਸ ਤੋਂ ਬਾਅਦ ਵੱਡੀ ਖਬਰ ਦਾ ਰੋਕ ਕਰਦੇ ਹਾਂ 6ਵੇਂ ਤਨਖਾਹ ਕਮਿਸ਼ਨ ਦੇ ਤਹਿਤ ਪ੍ਰਮੋਟ ਹੋਏ ਮੁਲਾਜ਼ਮਾਂ ਨੂੰ ਵੀ ਮਿਲੇਗਾ 15% ਦਾ ਵਾਧਾ ਜੀ ਹਾਂ ਦੋਸਤੋ ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸੰਬੰਧੀ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ ਤੇ ਇਹ ਹੁਕਮ ਦੇ ਮੁਤਾਬਕ 1 ਜਨਵਰੀ 2016 ਤੋਂ 20 ਸਤੰਬਰ 2021 ਤੱਕ ਦੌਰਾਨ ਪ੍ਰਮੋਟ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਰੱਕੀ ਦੇ 15% ਦਾ ਵਾਧਾ ਦੇਣ ਦਾ ਫੈਸਲਾ ਲਿਆ ਗਿਆ ਤੇ ਅਸਮਨ ਦੇ ਵਿੱਤ ਵਿਭਾਗ ਦੇ ਵੱਲੋਂ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਦਾ ਨਿਖਾ ਗਿਆ ਕਿ ਵਿੱਤ ਵਿਭਾਗ ਦੇ ਵੱਲੋਂ 3 ਜਨਵਰੀ 2021 ਤੱਕ ਨੂੰ ਜਾਰੀ ਕੀਤੇ ਗਏ ਪੱਤਰ ਦੇ ਪੈਰਾ ਨੰਬਰ 2 ਵਿੱਚ ਕੀਤੇ ਗਏ ਨਿਰਦੇਸ਼ ਦੇ ਮੁਤਾਬਕ ਜੋ ਅਧਿਕਾਰੀ ਅਤੇ ਕਰਮਚਾਰੀ 1 ਜਨਵਰੀ 2016 ਤੋਂ 20 ਸਤੰਬਰ 2021 ਤੱਕ ਉਪਰ ਪ੍ਰਮੋਟ ਹੋਏ ਹਨ ਉਹ ਨਵੇਂ ਬੇਤਰਮ ਮਾਣ ਦਾ ਮੁਨਾਫਾ ਆਪਣੀ ਪ੍ਰਮੋਸ਼ਨ ਦੀ ਤਰੀਕ ਤੋਂ ਲੈਣ ਦੇ ਆਪਸ਼ਨ ਦੇ ਸਕਦੇ ਹਨ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਕੈਦੀ ਚਲਾਉਣਗੇ પેટ્રોલ ડીਜ਼ਲ ਦੇ ਆਊਟਲੈਟ ਪੰਜਾਬ ਦੇ ਵਿੱਚ ਹੁਣ ਜੇਲ੍ਹ ਕੈਦੀਆਂ ਦੇ ਵੱਲੋਂ ਸੂਬੇ ਭਰ ਦੇ ਵਿੱਚ પેટ્રોલ ਅਤੇ ਡੀਜ਼ਲ ਦੇ 12 ਰਿਟੇਲ ਆਊਟਲੈਟ ਚਲਾਏ ਜਾਣਗੇ ਪੰਜਾਬ ਜੇਲ੍ਹ ਵਿਕਾਸ ਬੋਰਡ ਦੇ ਵੱਲੋਂ ਆਊਟਲੈਟ ਖੋਲਣ ਦੇ ਲਈ ਇੰਡੀਅਨ ਔਇਲ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨਾਲ ਸਮਝੌਤਾ ਸહી ਵਾਦ ਕੀਤਾ ਗਿਆ ਹੈ ਜੇਲ੍ਹ ਕੈਦੀਆਂ ਦੇ ਸਿਹਾਰ ਦੇ ਉਦੇਸ਼ ਦੇ ਨਾਲ ਪੰਜਾਬ ਜੇਲ੍ਹ ਵਿਕਾਸ ਬੋਰਡ ਦੇ ਵੱਲੋਂ ਅੱਜ ਇੰਡੀਅਨ ਔਇਲ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਨਾਲ 12 ਰਿਟੇਲ ਆਊਟਲੈਟ ਖੋਲਣ ਦੇ ਲਈ ਸਮਝੌਤਾ ਸહી ਵਾਦ ਕੀਤਾ ਗਿਆ ਤੇ ਇਹਨਾਂ ਰਿਟੇਲ ਆਊਟਲੈਟਾਂ ਦਾ ਪ੍ਰਬੰਧ ਪੂਰੇ ਸੂਬੇ ਭਾਰਦੀਆਂ ਜ਼ਿਲ੍ਹਾ ਕੈਦਿਆਂ ਵੱਲੋਂ ਕੀਤਾ ਜਾਵੇਗਾ